ਜਿਹੜੇ ਉਮੀਦਵਾਰ ਕਹਿੰਦੇ ਸੀਗੇ ਕਿ ਮੈਂ ਦੂਜਿਆਂ ਨੂੰ 20000 ਵੋਟ ਵੀ ਨਹੀਂ ਪੈਣ ਦੇਣੀ ਅੱਜ ਉਹਨਾਂ ਨੂੰ 15000 ਵੀ ਨਹੀਂ ਪਈ ਰਾਤ ਨੂੰ ਜਿਹੜਾ ਸੁਪਨਾ ਹੁੰਦਾ ਨਾ ਉਹ ਕਈ ਵਾਰੀ ਸੱਚ ਵੀ ਹੁੰਦਾ ਜਾਂ ਜਿਹੜਾ ਸੁਪਨਾ ਲੈ ਰਿਹਾ ਹੁੰਦਾ ਮਨ ਖੁਸ਼ ਹੁੰਦਾ ਯਾਰ ਇਹ ਤਾਂ ਦਿਨੇ ਸੁਪਨੇ ਲੈ ਰਹੇ ਸੀ ਵਿਚਾਰੇ ਹੁਣ ਪਤਾ ਲੱਗਿਆ ਹੋ ਵੀ ਯਾਰ ਦਿਨ ਦਾ ਸੁਪਨਾ ਮਾੜਾ ਹੁੰਦਾ ਜਮਾਨਤਾਂ ਦੋਨਾਂ ਭਾਈਆਂ ਦੀਆਂ ਕੀ ਬਣਿਆ ਫਿਰ ਹੁਣ ਦੱਸ ਕੀ ਕਰੀਏ ਯਾਰ ਇਹੋ ਜਿਹੇ ਵਿਧਾਇਕ ਤੋਂ ਕਰਾਉਣਾ ਕੀ ਹੈ ਜਿਹਦੀ ਜਮਾਨਤ ਜ਼ਬਤ ਹੋ ਜੇ ਅੱਧੀ ਰਾਤ ਨੂੰ ਕੜਵਲ ਸਾਹਿਬ ਦਾ ਉਦਘਾਟਨ ਕਰਕੇ ਗਏ ਸੀ ਬੈਂਸ ਸਾਹਿਬ ਕਹਿੰਦੇ ਸੀ ਮੈਂ ਆਪਣੇ ਕੋਟੇ ਚੋਂ ਬਣਾਈ ਹੈ ਉਦਘਾਟਨ ਆਈ ਕੁਲਵੰਤ ਸਿੱਧੂ ਸਾਹਿਬ ਕਰਕੇ ਉਹ ਬਾਈ ਉਹ ਸੜਕਾਂ ਆਪਣੀਆਂ ਫੈਕਟਰੀਆਂ ਸੰਭਾਲਣ ਦੋਨੇ ਸੰਗਤ ਨੇ ਵਿਹਲੇ ਕਰਤੇ ਆਪਦੇ ਨਿਆਣੇ ਸੈੱਟ ਕਰਨ ਹਲਕੇ ਆਤਮਨਗਰ ਦਾ ਹੁਣ ਮਾਲਕ ਆ ਗਿਆ ਬਈ ਤੇ ਹੁਣ ਲੋਕ ਇਨਸਾਫ ਪਾਰਟੀ ਦਾ ਭਵਿੱਖ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਉਹ ਇਲੈਕਸ਼ਨਾਂ ਤੋਂ ਪਹਿਲਾਂ ਇਹ ਕਹਿੰਦੇ ਰਹੇ ਸੀਗੇ ਕਿ ਹੰਗ ਅਸੈਂਬਲੀ ਬਣੇਗੀ ਤੇ ਸਾਡੇ ਤੋਂ ਬਿਨਾਂ ਕੋਈ ਸਰਕਾਰ ਨਹੀਂ ਬਣੇਗੀ ਇਹ ਨਾ ਕਿਸੇ ਹੋਰ ਸਟੇਟ ਦੀ ਟਰਾਈ ਕਰ ਲੈਣ ਪੰਜਾਬ 'ਚ ਨਹੀਂ ਪੈਰ ਲੱਗਣ ਦਿੰਦੇ ਨਾ ਕਾਂਗਰਸ ਦੇ ਲੱਗਣ ਦਈਏ ਤੇ ਆ ਗਲੀ ਮਹੱਲੇ ਵਾਲੇ ਵੀ ਲੱਗਣ ਦਿੰਦੇ ਮੈਂ ਬੇਨਤੀ ਕਰਦਾ ਵੀ ਬੰਦੇ ਦੇ ਪੁੱਤ ਬਣ ਕੇ ਹਲਕਾ ਆਤਮਨਗਰ ਦੇ ਜਿੰਨੇ ਸਾਡੇ ਕਰਮਚਾਰੀਆਂ ਉਹ ਬੰਦੇ ਦੇ ਪੁੱਤ ਬਣ ਕੇ ਕੰਮ ਕਰ ਲਓ ਜਿਹੜਾ ਕੰਮ ਨਾ ਕਰੂ ਰਿਸ਼ਵਤਖੋਰੀ ਕਰੂ ਲੋਕਾਂ ਨੂੰ ਅਣਗਹਿਲੇ ਕਰੂ ਖਜਰੇ ਖਰਾਬ ਕਰੂ ਉਹ ਜਾਂ ਤਾਂ ਆਪਦੀਆਂ ਬਦਲੀਆਂ ਕੱਲ੍ਹ ਤੋਂ ਅਰਜ਼ੀਆਂ ਦੇ ਦਿਓ ਅਤੇ ਨਹੀਂ ਫਿਰ ਮੈਂ ਬੰਦੇ ਦੇ ਪੁੱਤ ਬਣਾ ਦੂੰਗਾ ਸਾਹਿਬ ਨੂੰ ਕੀ ਆਖਰ ਦੇ ਵਿੱਚ ਕਹਿਣਾ ਚਾਹੁੰਦੇ ਹੋ ਕਿਉਂਕਿ ਬਹੁਤ ਜ਼ਰੂਰੀ ਵੀ ਆ ਉਹਨਾਂ ਦੇ ਵਾਸਤੇ ਕਿਉਂਕਿ ਬਹੁਤ ਵੱਡੇ ਵੱਡੀਆਂ ਉਹ ਗੱਲਾਂ ਕਰਦੇ ਸੀਗੇ ਰਾਜਸਥਾਨ ਤੋਂ ਪਾਣੀ ਲਿਆਉਣ ਦੀਆਂ ਹੁਣ ਉਹਨਾਂ ਨੂੰ ਕੀ ਕਹੋਗੇ ਯਾਰ ਹੁਣ ਮੈਂ ਪਾਣੀ ਕੀ ਕਹਾਂ ਆਪਦੀ ਫੈਕਟਰੀ 'ਚ ਵਧੀਆ ਇੰਤਜ਼ਾਮ ਕਰ ਲਏ ਪਰ ਬਿਜਲੀ ਦਾ ਬਿੱਲ ਬੁੱਲ ਭਰਨ ਲੱਗ ਜਾ ਭਰਾਵਾ ਹੁਣ ਇਹ ਕੰਮ ਨਹੀਂ ਚੱਲਣਾ ਹੁਣ ਇਹ ਕੰਮ ਨਹੀਂ ਚੱਲਣਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਹੋਈ ਹੈ ਵੱਡੇ ਦਿੱਗਜਾਂ ਨੂੰ ਆਮ ਆਦਮੀ ਪਾਰਟੀ ਦੇ ਆਮ ਉਮੀਦਵਾਰਾਂ ਨੇ ਧੂਲ ਚਟਾ ਦਿੱਤੀ ਹੈ ਘਰੇ ਬਿਠਾ ਦਿੱਤਾ 5 ਸਾਲਾਂ ਵਾਸਤੇ ਹਲਕਾ ਆਤਮਨਗਰ ਲੁਧਿਆਣਾ ਦੀ ਗੱਲ ਕਰੀਏ ਤਾਂ ਆਤਮਨਗਰ ਦੇ ਵਿੱਚ ਵੀ 2 ਵਾਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਿਹੜੇ ਐਤਕੀ ਸੁਪਨੇ ਦੇਖ ਰਹੇ ਸੀਗੇ ਕਿ ਉਹਨਾਂ ਦੇ 2 ਵਿਧਾਇਕਾਂ ਤੋਂ ਬਿਨਾਂ ਜਿਹੜੀ ਸਰਕਾਰ ਨਹੀਂ ਬਣੇਗੀ ਉਹ ਵੀ ਹੁਣ 5 ਸਾਲਾਂ ਦੇ ਵਾਸਤੇ ਘਰੇ ਬੈਠ ਗਏ ਨੇ 3 ਨੰਬਰ 'ਤੇ ਸਿਮਰਜੀਤ ਸਿੰਘ ਬੈਂਸ ਆਏ ਨੇ ਅਤੇ ਬਲਵਿੰਦਰ ਬੈਂਸ ਹਲਕਾ ਸਾਊਥ 'ਚੋਂ 4 ਨੰਬਰ 'ਤੇ ਆਏ ਨੇ ਇਹਨਾਂ ਨੂੰ ਪਛਾੜਨ ਵਾਲੇ ਹੋਰ ਕੋਈ ਨਹੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸਾਡੇ ਨਾਲ ਹਲਕਾ ਆਤਮਨਗਰ ਤੋਂ ਜਿੱਤੇ ਕੁਲਵੰਤ ਸਿੰਘ ਸਿੱਧੂ ਮੌਜੂਦ ਨੇ ਸਿੱਧੂ ਸਾਹਿਬ ਜਿਹੜੇ ਉਮੀਦਵਾਰ ਕਹਿੰਦੇ ਸੀਗੇ ਕਿ ਮੈਂ ਦੂਜਿਆਂ ਨੂੰ 20000 ਵੋਟ ਵੀ ਨਹੀਂ ਪੈਣ ਦੇਣੀ ਅੱਜ ਉਹਨਾਂ ਨੂੰ 15000 ਵੀ ਨਹੀਂ ਪਈ ਸਨਮਾ ਰਾਤ ਨੂੰ ਜਿਹੜਾ ਸੁਪਨਾ ਹੁੰਦਾ ਨਾ ਉਹ ਕਈ ਵਾਰੀ ਸੱਚ ਵੀ ਹੁੰਦਾ ਜਾਂ ਜਿਹੜਾ ਸੁਪਨਾ ਲੈ ਰਿਹਾ ਹੁੰਦਾ ਮਨ ਖੁਸ਼ ਹੁੰਦਾ ਯਾਰ ਇਹ ਤਾਂ ਦਿਨੇ ਸੁਪਨੇ ਲੈ ਰਹੇ ਸੀ ਵਿਚਾਰੇ ਹੁਣ ਪਤਾ ਲੱਗਿਆ ਹੋ ਵੀ ਯਾਰ ਦਿਨ ਦਾ ਸੁਪਨਾ ਮਾੜਾ ਹੁੰਦਾ 20000 ਵੋਟ ਆਪ ਨੂੰ ਕਿੰਨੀ ਪਈ ਹੈ 12000 ਜਮਾਨਤਾਂ ਦੋਨਾਂ ਭਾਈਆਂ ਦੀਆਂ ਕੀ ਬਣਿਆ ਫਿਰ ਹੁਣ ਦੱਸ ਕੀ ਕਰੀਏ ਯਾਰ ਇਹੋ ਜਿਹੇ ਵਿਧਾਇਕ ਤੋਂ ਕਰਾਉਣਾ ਕੀ ਹੈ ਜਿਹਦੀ ਜਮਾਨਤ ਜ਼ਬਤ ਹੋ ਜੇ ਜਿਹੜੀ ਪਾਰਟੀ ਦਾ ਪ੍ਰਧਾਨ ਹਾਰ ਜੇ ਜਿਹੜੀ ਪਾਰਟੀ ਦਾ ਸੀਐਮ ਹਾਰ ਜੇ ਯਾਰ ਸਾਡੇ ਸੀਐਮ ਸਾਹਿਬ ਨੇ ਦੇਖੋ 3 ਵਾਰੀ ਡਾਂਕੇ ਦੀ ਚੋਟ 'ਤੇ ਬੈਠਿਆ ਗੱਦੀ 'ਤੇ ਅਤੇ ਇੱਥੇ ਮੈਨੂੰ ਲੱਗਦਾ ਵੀ ਹੁਣ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਇਹਨਾਂ ਨੂੰ ਮਾੜੀਆਂ ਮੋਟੀਆਂ ਸੀਟਾਂ ਸੰਗਤ ਨੇ ਦਿੱਤੀਆਂ ਨਾ ਉਹ ਤਾਂ ਦਿੱਤੀਆਂ ਵੀ ਕਿਤੇ ਇਹਨਾਂ 'ਚੋਂ ਕੋਈ 19-21 ਨਾ ਹੋ ਜਾਵੇ ਹੰਦੇਸੇ ਨਾਲ ਕਈ ਵਾਰੀ ਸਦਮਾ ਹੋ ਜਾਂਦਾ ਨਾ ਫਿਰ ਕੋਈ ਨੁਕਸਾਨ ਨਾ ਹੋ ਜਾਵੇ ਫਿਰ ਵੀ ਬਜ਼ੁਰਗ ਨੇ ਸਾਰੇ ਸੀਨੀਅਰ ਚਲੋ ਆਪਣੇ ਹੀ ਪਰਿਵਾਰ ਆ ਕਿਤੇ ਨਾ ਕਿਤੇ ਅਤੇ ਇਹ ਲੋਕਾਂ ਨੇ ਇੱਕ ਗੱਲ ਦਰਸਾਈ ਆ ਵੀ ਕੰਮ ਦੀ ਕਦਰ ਹੋਊਗੀ ਕੰਮ ਦੀ ਕਦਰ ਆ ਜੇ ਕੋਈ ਕੰਮ ਕਰੂਗਾ ਤਾਂ ਗੱਦੀ 'ਤੇ ਬੈਠੂਗਾ ਮੈਂ ਹੁਣ ਅੱਜ ਇੱਥੇ ਅੱਜ ਪਹਿਲੇ ਦਿਨ ਵੀ ਆਪਣੀ ਕੱਲ੍ਹ ਇੱਕ ਸੜਕ ਮੈਂ ਕੱਲ੍ਹ ਖੋਲ੍ਹਣੀ ਸੀ ਅੱਜ ਤਾਂ ਕਿਉਂਕਿ ਇੱਕ ਦਿਨ ਲੇਟ ਹੋਈ ਸੰਗਤ ਤੋਂ ਮਾਫ਼ੀ ਮੰਗੀ ਆ ਵੀ ਮੈਂ ਇੱਕ ਦਿਨ ਆਪਦੇ ਵਾਅਦੇ ਤੋਂ ਲੇਟ ਹੋਇਆ ਕਿਉਂਕਿ ਸਾਡੀ ਮਜਬੂਰੀ ਸੀ ਕੱਲ੍ਹ ਭਗਵੰਤ ਮਾਨ ਜੀ ਨੂੰ ਲੀਡਰ ਚੁਣਨਾ ਸੀ ਅਸੀਂ ਅਤੇ ਪਾਰਟੀ ਦੇ ਹੁਕਮ ਦੀ ਪਾਲਣਾ ਕਰਨ ਲਈ ਜਾਣਾ ਪੈਣਾ ਸੀ ਲੇਟ ਹੋ ਗਏ ਅੱਜ ਇਮੀਡੀਏਟ ਬਾਬਾ ਦੀਪ ਸਿੰਘ ਨੇ ਅਰਦਾਸ ਕਰਾ ਕੇ ਚਰਨਾਂ 'ਚ ਵੀ ਪਾਤਸ਼ਾਹ ਤੇਰਾ ਬੱਚਾ ਅੱਜ ਕੰਮ ਸ਼ੁਰੂ ਕਰਨ ਲੱਗਿਆ ਅਤੇ ਐਕਸ਼ਨ ਸਾਹਿਬ ਨੂੰ ਫੋਨ ਮਾਰ ਆਹ ਵੀ ਰੋਡ ਦੀ ਫਿਰ ਵਿਰੋਧੀ ਹੁਣ ਸਵਾਲ ਚੱਕਣਗੇ ਕਹਿਣਗੇ ਵੀ ਇਹ ਤਾਂ ਸਾਡੇ ਸਮੇਂ ਦੇ ਵਿੱਚ ਬਣੀ ਸੀਗੀ ਅੱਧੀ ਰਾਤ ਨੂੰ ਕੜਵਲ ਸਾਹਿਬ ਦਾ ਉਦਘਾਟਨ ਕਰਕੇ ਗਏ ਸੀ ਬੈਂਸ ਸਾਹਿਬ ਕਹਿੰਦੇ ਸੀ ਮੈਂ ਆਪਣੇ ਕੋਟੇ 'ਚੋਂ ਬਣਾਈ ਹੈ ਉਦਘਾਟਨ ਆਈ ਕੁਲਵੰਤ ਸਿੱਧੂ ਸਾਹਿਬ ਕਰਕੇ ਉਹ ਬਾਈ ਉਹ ਸੜਕਾਂ ਆਪਦੀਆਂ ਫੈਕਟਰੀਆਂ ਸੰਭਾਲਣ ਦੋਨੇ ਸੰਗਤ ਨੇ ਵਿਹਲੇ ਕਰਤੇ ਆਪਦੇ ਨਿਆਣੇ ਸੈੱਟ ਕਰਨ ਹਲਕੇ ਆਤਮਨਗਰ ਦਾ ਹੁਣ ਮਾਲਕ ਆ ਗਿਆ ਬਈ ਇਹ ਮਾਲਕ ਬਣਾਇਆ ਸੰਗਤ ਨੇ ਬਾਬਾ ਦੀਪ ਸਿੰਘ ਜੀ ਨੇ ਇਹਦਾ ਮੈਂ ਦੇਖੂੰ ਹੁਣ ਕਿੱਦਾਂ ਕਰਨਾ ਤੁਸੀਂ ਹਮੇਸ਼ਾ ਲੋਕ ਇਨਸਾਫ ਪਾਰਟੀ ਨੂੰ ਗਲੀ ਮਹੱਲਿਆਂ ਦੀ ਪਾਰਟੀ ਕਹਿੰਦੇ ਸੀਗੇ ਅਤੇ ਜਿਹੜੇ 2 ਸੀਗੇ ਉਹਨਾਂ ਦੇ ਉਹ ਵੀ ਅੱਜ ਹਾਰ ਗਏ ਅਤੇ ਹੁਣ ਲੋਕ ਇਨਸਾਫ ਪਾਰਟੀ ਦਾ ਭਵਿੱਖ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਉਹ ਇਲੈਕਸ਼ਨਾਂ ਤੋਂ ਪਹਿਲਾਂ ਇਹ ਕਹਿੰਦੇ ਰਹੇ ਸੀਗੇ ਕਿ ਹੰਗ ਅਸੈਂਬਲੀ ਬਣੇਗੀ ਅਤੇ ਸਾਡੇ ਤੋਂ ਬਿਨਾਂ ਕੋਈ ਸਰਕਾਰ ਨਹੀਂ ਬਣੇਗੀ ਇਹ ਨਾ ਕਿਸੇ ਹੋਰ ਸਟੇਟ 'ਚ ਟਰਾਈ ਕਰ ਲੈਣ ਹੁਣ ਪੰਜਾਬ 'ਚ ਨਹੀਂ ਪੈਰ ਲੱਗਣ ਦਿੰਦੇ ਨਾ ਕਾਂਗਰਸ ਦੇ ਲੱਗਣ ਦਈਏ ਅਤੇ ਆ ਗਲੀ ਮਹੱਲੇ ਵਾਲੇ ਦੇ ਨਹੀਂ ਲੱਗਣ ਦਿੰਦੇ ਉੜੀਸਾ ਦੇ ਮੁੱਖ ਮੰਤਰੀ ਦੀ ਉਦਘਾਟਨ ਦਿੰਦੇ ਹੁੰਦੇ ਸੀ ਉਹ ਤਾਂ ਯਾਰ ਫਿਰ ਗੱਲ ਉਹੀ ਦਿੰਦੇ ਸੁਪਨੇ ਵਾਲੀ ਆ ਗਈ ਨਾ ਬਈ ਮੇਰੇ ਹੱਥ 'ਚ ਚਾਬੀ ਹੋਊਗੀ ਕਾਹਦੀ ਹਵਾ ਮਹਿਲ ਦੀ
सुपनिया के महल की हूँ खोली जा ताले आपे यार। हुण चलो तुसी पहला काम आके ये सड़क का उद्घाटन करता, हुण दूजा काम हलका आत्मनगर वास्ते की है क्योंकि 10 साल तो लोग परेशान बैठे सके, वोट जिहड़ी लोगों ने पाई है रोह दे विच पाई है, बटन जिहड़ा दबाया गुस्से दे विच दबाया। ये मैं पहले ही कह के हटा भी आम कहते होंगे ना भी अज तो ट्रेलर आ फिल्म बाकी है, मैं ये कहना भी ये ट्रेलर भी है नहीं, अजे पहला ट्रेलर दिखाऊंगा फिर फिल्म दिखाऊंगा। तो फिर ताजपुर के जोड़े कमरे ने उन्होंने सफाई करी पी है, थोनों अगे भी कहा कि उत्थे काफ़ी संगत जानी पैनी है, इन्हों चो सारे लीडर उत्थे जाएंगे, गर्मी उत्थे कट्टणगे, इन्हां नूं पता लगेगा भी संगत का दुख की हुंदा, जे तन दे उत्ते दुख लगे ना किन्ना तकलीफ हुंदी है। इत्थों 4 महीने तो आ दुकानदार इन्हां दा कसूर की है यार, देखो नाल दी लंघण लई जगह हैगी है, 2 कुर्सियां पईआं हुंदीआं उहदे ते 2 बंदे बहिंदे, बेचारे डंडे लगे हुंदे ने, जे कोई खास बंदा आ आपां कहिंदे डंडे ते बहि जा, आ नाल दी लंघण लई रस्ता मिल सकदा सी, ये लोगों को परेशान करने वास्ते इन्हें बंद करिया सी, अज ठेकेदार की भी खिचाई करी है, तो अफसरों को मैं ताड़ना नहीं करता क्योंकि पहला दिन चंगे नहीं लगते घूर कप्पा करते। मैं बेनती करदा भी बंदे दे पुत बन के हलका आत्मनगर के जिन्ने साडे कर्मचारियों बंदे दे पुत बन के कम कर लो, जिहड़ा कम ना करूँ रिश्वतखोरी करूँ लोगों अणगहले करूँ खजल खराब करूँ वो जाता आपदियाँ बदलियाँ कल तो अर्जियां दे दिओ, तो नहीं फिर मैं बंदे दे पुत बना दूंगा। किस तरह बंदे दे पुत बनाओगे क्योंकि हलका आत्मनगर दे विच बहुत कुछ चलता रहिंदा, देखो डांग छोटा थोड़ा मारना वो कर्मचारी ने एडे एडे बड़े अफसर ने पढ़ के बने ने यार, मैं तो यह कहना भी ना तो मैं पैसा खाना तो ना मैं खाण देना, आ ठेकेदार जदों ठेका लिया उदों भी इन्नी क पतली जी सड़क बनाउण लग्गा सी, तो उदों भी मैं उदों असीं अजे MLA नहीं सी बने, सेवादार नहीं सी बने, उदों कैंडीडेट भी नहीं सी कोचता, उदों भी मैं आके इहनूं घेर लिया सी, कहिंदा आपां दा दोस्त आ, मैं कहा दोस्त आप है पर सड़क के दोस्त ही नहीं यार, ये लोगों के हकों के पैसों ना बन रही है ये ना, कहना मैं थोड़े दफ्तर मिल लूँ, मैं कहा दफ्तर मिलने की मैं आदत ही नहीं है यार, सड़क से मिलना आ जा, जा इन बंदे का पुत बन के वधिया बना दे, ये हुण तुसीं देख लियो भी जे सड़क टुट गई तो मैनू फड़ लो। अगला टारगेट की है सुपना की देखिया हुण आत्मनगर वास्ते, संगत ने 5 साल की हुण सेवा तुहाडे हत्थां दे विच दित्ती है, तो पार्टी की भी बहुत चंगी बहुमत आई है, ताकि तुहानू भी ये कहना ना पवे कि पूर्ण बहुमत वाली सरकार नहीं सी ता करके नहीं कुछ कर पाए, हुण अगला टारगेट की है? देखो मैं तो लंबे समय की पारी खेडण की आदत है मैनू, जे मैं आपदा हालत इन्हां वर्गी करवाउणी आ महल्ले वाले, एक मेरा गुआंढी मंत्री सी जे तो मैं इन तो नहीं आपकी करवानी, मैं तो मेहनत ना करूँगा लोगों की सेवा करूँगा ना कि पारी लंबी खेलना, पीढ़ी दर पीढ़ी इतने सिद्धुओं की सरदारी रहे। मैं साहब नूं की आखर दे विच कहना चाहते हो क्योंकि बहुत जरूरी भी है उन्होंने वास्ते, क्योंकि बहुत वड्डे वड्डियां वो गल्लां करते सीगे राजस्थान तो पानी लिया दियां, हुण उन्होंने की कहोगे? वो यार हुण मैं पानी की कह आपकी फैक्ट्री वधिया इंतजाम कर ले, पर बिजली का बिल बुल भरन लग जा भरावा, हुण ये काम नहीं चलना, हुण ये काम नहीं चलना। कल दी सनमजीत कहना मैं संगत दा दिल दीआं गहराइयां तों धन्नवाद करना, जदों उस होटल दे विच जिथे जिथे मान साहब नूं चुनना सीगा, जदों तेरा वीरा उत्थे बड़िया ना तां इक पत्रकार तेरे वांगू मैनूं जाणदा सी, मैनूं बड़े तां जाणदे नहीं, वो कहिंदे यार उह सिद्धू आ गया जिन्हें बैंस हराया सी, कहिण दी डेर सी भरावा मैनूं तां घेरा पहला कल दी बाज बैठी यार। बहुत बहुत धन्यवाद। हाँ ये सन साडे नाल कुलवंत सिद्धू जिन्होंने हुणे हुणे सिमरजीत सिंह बैंस नूं हराया अते हलका आत्मनगर की विधायकी की कुर्सी ते हुण कुलवंत सिद्धू बैठणगे। तां मेरे अपडेट्स नाल जुड़े रहो, कैमरामैन रणबीर सिंह दे नाल, लुधियाना टाइम्स।